ਜੀ ਸਰ, ਸੰਗਰੂਰ ਤੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਵੀ ਤਿਆਰੀਆਂ ਕਿਸ ਤਰੀਕੇ ਦੀਆਂ ਨੇ ਸੰਗਰੂਰ ਦੇ ਵਿੱਚ, ਔਰ ਕੈਂਪੇਨ ਕਿਸ ਤਰੀਕੇ ਦੀ ਚੱਲ ਰਹੀ ਹੈ, ਚੋਣ ਕੈਂਪੇਨ ਕਿਸ ਤਰੀਕੇ ਦੀ ਚੱਲ ਰਹੀ? ਸੰਗਰੂਰ ਜਿਹੜਾ ਹਲਕਾ ਹੈ, ਪਾਰਲੀਮੈਂਟ ਹਲਕਾ, ਇਹਨੇ ਬੜੀਆਂ ਵੱਡੇ ਵੱਡੇ ਫੈਸਲੇ, ਨਵੀਆਂ ਲੀਹਾਂ ਪਾਈਆਂ ਰਾਜਨੀਤੀ ਦੇ ਖੇਤਰ ਵਿੱਚ ਜੀ। ਇਨਕਲਾਬੀ ਏਰੀਆ ਸਾਡਾ, ਔਰ ਜੇ ਕਿਸੇ ਪਾਰਟੀ ਨੂੰ, ਕਿਸੇ ਲੀਡਰ ਨੂੰ ਉਹਨਾਂ ਨੇ ਬਹੁਤ ਵੱਡੇ ਮਾਰਜਨਾਂ ਨਾਲ ਮਾਣ ਸਤਿਕਾਰ ਵੀ ਦਿੱਤਾ, ਔਰ ਜਦੋਂ ਉਹਨਾਂ ਨੇ ਕਾਰਗੁਜ਼ਾਰੀ ਨਹੀਂ ਦਿਖਾਈ ਤਾਂ ਸਿੱਟਿਆ ਵੀ ਉਵੇਂ ਹੀ ਜੀ। ਸੋ ਇਸ ਕਰਕੇ ਵੱਖ ਵੱਖ ਕਿਸਮ ਦੀਆਂ ਲਹਿਰਾਂ ਇਸ ਧਰਤੀ ਤੋਂ ਉੱਠੀਆਂ। ਕਦੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਗੜ੍ਹ ਹੁੰਦਾ ਸੀ, ਜਿੱਥੇ 10 ਦੀਆਂ 10 ਸੀਟਾਂ ਸੀ ਜਿੱਤਦੇ ਰਹੇ ਹਾਂ ਜੀ। ਮਾਨ ਸਾਹਿਬ ਨੂੰ ਵੀ ਬੜਾ ਹੰਗਾਰਾ ਮਿਲਿਆ, ਉਦੋਂ ਬਾਅਦ ਆਮ ਆਦਮੀ ਪਾਰਟੀ ਨੂੰ ਮਿਲਿਆ, ਔਰ ਉਸ ਤੋਂ ਆਮ ਆਦਮੀ ਪਾਰਟੀ ਨੂੰ ਸਿੱਟਿਆ ਵੀ ਉਸੇ ਤਰ੍ਹਾਂ ਲੋਕਾਂ ਨੇ। ਸੋ ਇਸ ਕਰਕੇ ਸੰਗਰੂਰ ਦੀ ਜਿਹੜੀ ਇਸ ਵਾਰ ਸੀਟ ਹੈ, ਸਾਨੂੰ ਲੋਕਾਂ ਦੇ ਹੰਗਾਰੇ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁਬਾਰਾ ਮੁੜ ਰਹੇ ਨੇ। ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਪੰਥ ਔਰ ਪੰਜਾਬ ਦੀ ਆਵਾਜ਼ ਕੋਈ ਪਾਰਟੀ ਉਠਾ ਨਹੀਂ ਰਹੀ, ਔਰ ਜੇ ਕੋਈ ਆਵਾਜ਼ ਪੰਥ ਔਰ ਪੰਜਾਬ ਦੀ ਉਠਾ ਸਕਦਾ ਤਾਂ ਉਹ ਸਿਰਫ਼ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ, ਜਿਸਦੇ ਲਈ ਬਹੁਤ ਵੱਡਾ ਹੰਗਾਰਾ ਸਾਨੂੰ ਮਿਲ ਰਿਹਾ, ਔਰ ਜੋ ਅਸੀਂ ਬੀਜੇਪੀ ਨਾਲੋਂ ਮੁੱਦਿਆਂ ਦੇ ਆਧਾਰ 'ਤੇ ਤੋੜ ਵਿਛੋੜਾ ਕੀਤਾ, ਸਮਝੌਤਾ ਨਾ ਕਰਨ ਦਾ ਫੈਸਲਾ ਲਿਆ, ਉਹਨੂੰ ਵੀ ਲੋਕਾਂ ਨੇ, ਪੰਜਾਬ ਦਿਆਂ ਨੇ, ਖਾਸ ਤੌਰ 'ਤੇ ਕਿਸਾਨੀ ਨੇ, ਪੰਜਾਬ ਦੇ ਪੰਥਕ ਲੋਕਾਂ ਨੇ, ਪੰਜਾਬ ਦੇ ਗਰੀਬ ਲੋਕਾਂ ਨੇ ਵਧੀਆ ਨਜ਼ਰ ਨਾਲ ਲਿਆ, ਔਰ ਸਾਨੂੰ ਉਹਦੇ ਕਰਕੇ ਵੱਡਾ ਹੰਗਾਰਾ ਮਿਲ ਰਿਹਾ। ਬਿਲਕੁਲ, ਇਹ ਦੇਖਣ ਨੂੰ ਮਿਲਿਆ ਲਿਸਟ ਦੇ ਵਿੱਚ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿਹੜਾ ਹੈ ਸਭ ਤੋਂ ਪਹਿਲਾਂ ਲਿਸਟ ਜਾਰੀ ਕਰ ਦਿੰਦਾ ਹੈ। ਇਸ ਵਾਰ 13 ਦੀਆਂ 13 ਸੀਟਾਂ ਸੀਗੀਆਂ, ਤਾਂ ਮੰਥਨ ਵੀ ਲੰਬਾ ਚੱਲਿਆ, ਇਹੀ ਕਾਰਨ ਰਿਹਾ ਕਿ ਲਿਸਟਾਂ ਜਿਹੜੀਆਂ ਨੇ ਉਹ ਹੁਣ ਤੱਕ ਵੀ ਜਿਹੜਾ ਜਾਰੀ ਹੋਈਆਂ, ਅੱਜ ਦੂਸਰੀ ਲਿਸਟ ਜਾਰੀ ਹੋਈ ਹੈ। ਚਲੋ ਪਾਰਟੀ ਜਦੋਂ ਦਾਅਵੇਦਾਰ ਇੱਕ ਸੀਟ 'ਤੇ ਕਈ ਦੋ ਦੋ ਤਿੰਨ ਤਿੰਨ ਚਾਰ ਚਾਰ ਹੋ ਜਾਂਦੇ ਨੇ ਜੀ, ਤਾਂ ਸਮਾਂ ਲੱਗਦਾ, ਔਰ ਬਾਦਲ ਸਾਹਿਬ ਨੇ ਇਸ ਵਾਰ ਇੱਕ ਨਵੀਂ ਪ੍ਰਕਿਰਿਆ ਵੀ ਕੀਤੀ ਹੈ ਜੀ। ਉਹਨਾਂ ਨੇ ਸਾਰੇ ਪਾਰਲੀਮੈਂਟ ਹਲਕਿਆਂ 'ਚੋਂ ਨੁਮਾਇੰਦਾ 40-50 ਵਿਅਕਤੀਆਂ ਨੂੰ ਬੁਲਾ ਕੇ, ਆਗੂਆਂ ਨੂੰ ਬੁਲਾ ਕੇ, ਹਲਕਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਇਸਤਰੀ ਵਿੰਗ ਦੇ ਪ੍ਰਧਾਨ, SGPC ਮੈਂਬਰ ਜਾਂ ਹੋਰ ਪ੍ਰੋਮੀਨੈਂਟ ਜਿਹੜੇ ਆਗੂ ਵਰਕਰ ਸੀ, ਉਹਨਾਂ ਦੀ ਰਾਏ ਲੈ ਕੇ ਫੈਸਲਾ ਲਿਆ ਜੀ। ਔਰ ਜੋ ਰਾਏ ਬਣੀ, ਜੋ ਸਾਰੇ ਆਗੂ ਵਰਕਰਾਂ ਨੇ ਰਾਏ ਦਿੱਤੀ, ਉਸਦੇ ਤਹਿਤ ਫੈਸਲੇ ਲਏ ਨੇ। ਸੋ ਇਸ ਕਰਕੇ ਚੋਣ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਅਕਾਲੀ ਦਲ ਨੇ ਵਧੀਆ ਔਰ ਡੈਮੋਕਰੈਟਿਕ ਢੰਗ ਨਾਲ ਕੀਤੀ ਹੈ, ਉਹਦੇ ਲਈ ਥੋੜ੍ਹਾ ਸਮਾਂ ਵੱਧ ਵੀ ਲੱਗ ਗਿਆ, ਪਰ ਉਮੀਦਵਾਰ ਲੋਕਾਂ ਦੀਆਂ ਭਾਵਨਾਵਾਂ ਔਰ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਦਿੱਤੇ ਗਏ ਨੇ ਜੀ। ਤੁਸੀਂ ਜ਼ਿਕਰ ਕੀਤਾ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਔਰ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀਆਂ ਟਿਕਟਾਂ ਨੇ ਉਹ ਐਲਾਨ ਕੀਤੀਆਂ ਗਈਆਂ ਨੇ। ਇਹ ਵੀ ਦੇਖਿਆ ਗਿਆ ਅੱਜ ਹੀ ਮਹਿੰਦਰ ਸਿੰਘ KP ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ ਪਾਰਟੀ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਜਿਹੜੀ ਉਸ ਟਾਈਮ ਦੇ ਉੱਤੇ ਐਲਾਨ ਦਿੱਤੀ ਗਈ ਹੈ। ਕੀ ਅਜਿਹੇ ਸਮੇਂ ਦੇ ਉੱਤੇ ਵੀ, ਕਿਉਂਕਿ ਪਾਰਟੀ ਦੇ ਤੁਸੀਂ ਕੋਰ ਕਮੇਟੀ ਦੇ ਮੈਂਬਰ ਵੀ ਹੋ, ਕੋਰ ਕਮੇਟੀ ਜਿਹੜੀ ਹੈ ਉਹ ਜ਼ਾਹਰ ਤੌਰ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਮੋਹਰੀ ਰਹਿੰਦੇ ਨੇ, ਉਹ ਸਾਰੀਆਂ ਜ਼ਿੰਮੇਵਾਰੀਆਂ ਦੇਖਦੇ ਨੇ। ਤਾਂ ਕੀ ਅਜਿਹੇ ਸਮੇਂ ਦੇ ਉੱਤੇ ਵੀ ਜਦੋਂ ਦੂਸਰੀ ਪਾਰਟੀ ਦਾ ਉਮੀਦਵਾਰ ਐਲਾਨਾ ਹੁੰਦਾ, ਉਦੋਂ ਵੀ ਵਰਕਰਾਂ ਦੇ ਨਾਲ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਹੈ ਕਿ ਉਮੀਦਵਾਰ ਦੇ ਤੌਰ ਦੇ ਉੱਤੇ ਐਲਾਨ ਦੀ ਹੈ ਜਾਂ ਨਹੀਂ? ਦੇਖੋ, ਇਹ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਲੰਮੇ ਸਮੇਂ ਤੋਂ ਪਾਰਟੀ 'ਚ ਅੰਦਰ ਚੱਲਦੀਆਂ ਹੁੰਦੀਆਂ, ਜਿਹਨਾਂ ਨੂੰ ਪਾਰਟੀ ਕਦੇ ਵੀ ਜਨਤਕ ਨਹੀਂ ਕਰ ਸਕਦੀ ਜੀ। ਸੋ ਉਹ ਚੀਜ਼ਾਂ 'ਤੇ ਵਿਚਾਰ ਹੁੰਦਾ ਰਹਿੰਦਾ, ਆਗੂਆਂ ਨਾਲ ਵੀ ਹੁੰਦਾ ਰਹਿੰਦਾ, ਕੋਰ ਕਮੇਟੀ 'ਚ ਵੀ ਹੁੰਦਾ ਰਹਿੰਦਾ, ਉਹ ਚੀਜ਼ਾਂ ਫੋਨ ਟੈਲੀਫੋਨ 'ਤੇ ਹੀ ਬਾਦਲ ਸਾਹਿਬ ਰਾਏ ਲੈ ਲੈਂਦੇ ਨੇ, ਜਲੰਧਰ ਜਾ ਕੇ ਉਹਨਾਂ ਨੇ ਪਰਸੋਂ ਮੀਟਿੰਗ ਵੀ ਕੀਤੀ ਹੈ। ਸੋ ਉਹ ਚੀਜ਼ਾਂ ਦੀ ਰਾਏ ਮਸ਼ਵਰਾ ਕਰਕੇ ਹੀ ਸਾਰੇ ਫੈਸਲੇ ਨੇ ਜਿਹੜੇ ਲੈ ਜਾਂਦੇ ਨੇ, ਇਹ ਨਹੀਂ ਹੈ ਵੀ ਕੋਈ ਅਚਨਚੇਤ ਕੋਈ ਫੈਸਲਾ ਕੀਤਾ ਜਾਂਦਾ। ਸਰਦਾਰ ਸੁਖਬੀਰ ਸਿੰਘ ਬਾਦਲ ਹਮੇਸ਼ਾ ਜ਼ਿਲ੍ਹੇ ਦੇ ਆਗੂ ਦੇ ਸਾਹਿਬਾਨ ਨੂੰ, ਪਾਰਲੀਮੈਂਟ ਹਲਕੇ ਦੇ ਆਗੂ ਸਾਹਿਬਾਨ ਨੂੰ, ਔਰ ਕੋਰ ਕਮੇਟੀ 'ਚ ਸਾਰੀਆਂ ਚੀਜ਼ਾਂ ਡਿਸਕਸ ਕਰਕੇ ਫੈਸਲੇ ਲੈਂਦੇ ਜੀ।